ਹਲਕਾ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ ਜੋ ਕਿ ਰੁਜ਼ਗਾਰ ਦੇ ਲਈ ਸਾਊਦੀ ਅਰਬ ਗਿਆ ਸੀ ਉੱਥੇ ਉਸ ਨੂੰ ਫਾਂਸੀ ਦੇ ਕੇ ਸਾਊਦੀ ਅਰਬ ਨੇ ਉਹਨਾਂ ਦੇ ਘਰ ਦਾ ਚਿਰਾਗ ਤਾਂ ਬੁਝਾ ਹੀ ਦਿੱਤਾ ਹੈ ਉੱਥੇ ਉਸ ਦੀ ਮ੍ਰਿਤਕ ਦੇਹ ਨੂੰ ਵੀ ਵਾਪਸ ਨਹੀਂ ਦਿੱਤਾ ਜਾ ਰਿਹਾ ਇਸ ਚੀਜ਼ ਨੂੰ ਲੈ ਕੇ ਪਰਿਵਾਰਕ ਮੈਂਬਰ ਬੇਹੱਦ ਦੁੱਖ ਵਿੱਚ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਘੱਟੋ ਘੱਟ ਉਹਨਾਂ ਦੇ ਪੁੱਤਰ ਦੀ ਲਾਸ਼ ਤਾਂ ਉਹਨਾਂ ਨੂੰ ਦੇ ਦਿੱਤੀ ਜਾਵੇ ਤਾਂ ਜੋ ਰੀਤੀ ਰਿਵਾਜ਼ ਦੇ ਨਾਲ ਉਸ ਦਾ ਅੰਤਮ ਸੰਸਕਾਰ ਕਰ ਸਕਣ ਉੱਥੇ ਦੱਸ ਦਈਏ ਕਿ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਅਜੇ ਤੱਕ ਉਹਨਾਂ ਨੂੰ ਕਿਸੇ ਵੀ ਮੰਤਰਾਲੇ ਜਾਂ ਦੂਤਾਵਾਸ ਤੋਂ ਫਾਂਸੀ ਬਾਰੇ ਕੋਈ ਵੀ ਅਧਿਕਾਰਕ ਸੰਚਾਰ ਜਾਂ ਚਿੱਠੀ ਪ੍ਰਾਪਤ ਨਹੀਂ ਹੋਈ ਹੈ ਭਰਾ ਗੁਰਦੇਵ ਸਿੰਘ ਨੇ ਦੱਸਿਆ ਕਿ 28 ਫਰਵਰੀ ਨੂੰ ਹਰਜੀਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ ਅਤੇ 1 ਮਾਰਚ ਨੂੰ ਅਮਨਜੋਤ ਗ੍ਰਾਮ ਵਾਲੀਆਂ ਨੇ ਉਹਨਾਂ ਨੂੰ ਫੋਨ ਕਰਕੇ ਸੂਚਨਾ ਦਿੱਤੀ ਸੀ ਕਿ ਸ਼ਾਇਦ ਜੋ ਰਿਆਦ ਵਿਖੇ ਦੋ ਪੰਜਾਬੀਆਂ ਨੂੰ ਫਾਂਸੀ ਦਿੱਤੀ ਗਈ ਹੈ ਉਸ ਵਿੱਚ ਜੇਲ੍ਹ 'ਚ ਬੰਦ ਹਰਜੀਤ ਸਿੰਘ ਵੀ ਸ਼ਾਮਲ ਹੋ ਸਕਦਾ ਹੈ ਕੀ ਹੋਇਆ ਉਹਦੇ ਨਾਲ ਸਾਰੀ ਦੱਸੋ ਉੱਥੇ ਪਤਾ ਨਹੀਂ ਸਾਨੂੰ ਤਾਂ ਬਾਅਦ 'ਚ ਪਤਾ ਲੱਗਿਆ ਕੀ ਪਤਾ ਲੱਗਿਆ ਤੁਹਾਨੂੰ ਜੇ ਉਹਨਾਂ ਕਤਲ ਕਰਤਾ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਬਈ ਸਾਡੀ ਲਾਸ਼ ਦਿੱਤੀ ਜਾਵੇ ਸਾਨੂੰ ਸਹਾਰਾ ਹੋਵੇ 2007 ਵਿੱਚ ਆ ਗਏ 12 'ਚ ਵਾਪਸ ਆਇਆ ਸੀ ਫਿਰ ਮੁੜ ਕੇ ਨਹੀਂ ਆਇਆ ਅਸੀਂ ਕੀਤੀ ਸਾਡੀ ਸੁਣਾਈ ਨਹੀਂ ਹੋਈ ਅੱਛਾ ਕੀ ਹੋਇਆ ਕੀ ਭਾਣਾ ਵਾਪਰ ਹੈ ਜਾਂ ਕੀ ਗੱਲ ਬਸ ਉਹੀ ਜਿਹੜਾ ਇਹਨਾਂ ਨੇ ਦੱਸਿਆ ਉਹ ਭਾਣਾ ਕੀ ਨਾਮ ਸੀ ਬੇਟੇ ਦਾ ਕੀ ਹੋਇਆ ਸਾਰਾ ਦੱਸੋ ਕੀ ਨਾਮ ਸੀ ਤੁਹਾਡਾ ਕੀ ਲੱਗਦਾ ਸੀ ਮੇਰਾ ਬ੍ਰਦਰ ਸੀਗਾ ਹਰਜੀਤ ਸਿੰਘ ਉੱਥੇ ਸਾਊਦੀ ਅਰਬ ਗਿਆ ਸੀ 2007 'ਚ ਉਸ ਤੋਂ ਬਾਅਦ 2012 'ਚ ਵਾਪਸ ਆਇਆ ਸੀ ਉਸ ਤੋਂ ਬਾਅਦ ਵਾਪਸ ਨਹੀਂ ਆਇਆ ਉੱਥੇ ਕਹਿੰਦੇ ਵੀ ਕੋਈ ਝਗੜਾ ਹੋ ਗਿਆ ਸੀਗਾ ਕੰਪਨੀ 'ਚ ਆਲਮਾਜ ਦਾ ਕੰਪਨੀ ਸੀਗੀ ਉੱਥੇ ਟਰਾਲੇ ਦਾ ਡਰਾਈਵਰ ਸੀਗਾ ਕਿਤੇ ਝਗੜਾ ਝੁਗੜਾ ਹੋਇਆ ਇਹਨਾਂ ਨੂੰ ਚੱਕ ਚੁੱਕ ਕੇ ਲੈ ਗਏ ਉੱਥੇ ਉਸ ਤੋਂ ਬਾਅਦ ਜਿਹੜਾ ਫੋਨ ਆਉਂਦਾ ਸੀ ਵੀ ਝਗੜੇ ਦਾ ਸਾਨੂੰ ਚੱਕ ਕੇ ਲੈ ਗਏ ਉਦੋਂ ਬਾਅਦ ਕਹਿੰਦਾ ਵੀ ਕਤਲ ਹੋ ਗਿਆ ਉੱਥੇ ਝਗੜਾ ਹੀ ਹੋਇਆ ਸੀ ਕਤਲ ਦਾ ਕੋਈ ਪਤਾ ਨਹੀਂ ਅੱਛਾ ਜੀ ਡਾਇਰੈਕਟ ਫੋਨ 'ਚ ਕਿਸੇ ਦਾ ਨਹੀਂ ਆਇਆ ਜਿਹੜੀਆਂ ਵਿੱਚ ਸੰਸਥਾਵਾਂ ਸੀਗੀਆਂ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਕਿੱਥੇ ਪਹੁੰਚ ਕੀਤੇ ਕੋਈ ਗੱਲ ਪਹੁੰਚ ਇੱਕ ਰਾਮੂ ਵਾਲੇ ਦੀ ਲੜਕੀ ਸੀਗੀ ਉਬਰਾਏ ਸਾਹਿਬ ਸੀ ਅਤੇ ਸੁਸ਼ਮਾ ਸਵਰਾਜ ਨੂੰ ਵੀ ਕਰੀ ਸੀਗੀ ਠੀਕ ਹੈ ਜਿਹੜੀ ਇੱਧਰ ਆਪਣੇ MLA ਨੇ ਉਹਨਾਂ ਨੂੰ ਵੀ ਕਰੀ ਸੀਗੀ ਕੀ ਕਿਹਾ ਤੁਹਾਨੂੰ ਹੈਂ ਉਹਨਾਂ ਨੂੰ ਹੋ ਜੂਗਾ ਬਸ ਅਸੀਂ ਭਰੋਸਾ ਦਿਵਾਉਂਦੇ ਰਹੇ ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾਂ ਸਾਡੇ ਪਿੰਡ ਵਿੱਚ ਜੋ ਇਹ ਘਟਨਾ ਵਾਪਰੀ ਆ ਬਹੁਤ ਮਨਭਾਗੀ ਵਾਪਰੀ ਆ ਅਸੀਂ ਸਰਕਾਰ ਕੋਲੋਂ ਵੀ ਬਹੁਤ ਪਹੁੰਚ ਤੱਕ MLA ਸਾਹਿਬ ਦੇ ਕਈ ਵਾਰ ਕੰਨੇ ਕੱਢਿਆ ਮਹਾਰਾਣੀ ਪ੍ਰੀਤ ਕੌਰ ਤੱਕ ਵੀ ਅਸੀਂ ਗਏ ਹਾਂ ਵੀ ਸਾਡੇ ਬੱਚੇ ਦੇ ਕੇਸ ਬਾਰੇ ਕੁਛ ਸੋਚਿਆ ਜਾਵੇ ਮੈਂ ਸਰਦਾਰ ਗੁਰਦੇਵ ਸਿੰਘ ਨੂੰ ਲੈ ਕੇ ਕਈ ਵਾਰ ਮਹਾਰਾਣੀ ਕੋਲ ਵੀ ਅਸੀਂ ਦਫ਼ਤਰ ਪਹੁੰਚੇ ਉੱਥੇ ਪਟਿਆਲੇ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਹ ਕਰਦੇ ਹਾਂ ਲਾਸਟ ਤੱਕ ਵੀ ਪਹੁੰਚ ਕੀਤੀ ਮੈਂ ਉਸ ਟਾਈਮ MLA ਸਾਹਿਬ ਦੇ ਕੋਲ ਬੈਠਾ ਸੀ ਇਹ ਗੱਲ ਕਹੀ ਅਮਰੀਕ ਸਿੰਘ ਨੂੰ ਵੀ ਸਾਡੇ ਉਪਰਾਲਾ ਕਰੋ ਸਾਡੇ ਬੰਦੇ ਮੈਸੇਜ ਜਾਂਦੇ ਆ ਚੰਡੀਗੜ੍ਹ ਇਹ ਪਹੁੰਚੇ ਨੇ ਉੱਥੇ ਚੰਡੀਗੜ੍ਹ ਬਸ ਇਹ ਨੇ ਵੀ ਸਾਡੀ ਸਰਕਾਰ ਨੇ ਸਾਥ ਨਹੀਂ ਲਈ ਨਾ ਕਿਸੇ ਪ੍ਰਸ਼ਾਸਨ ਨੇ ਲਈ ਆ ਅੱਜ ਤੱਕ ਪ੍ਰਸ਼ਾਸਨ ਇਹਨਾਂ ਦੇ ਘਰ ਤੱਕ ਵੀ ਨਹੀਂ ਪਹੁੰਚਿਆ ਅਸੀਂ ਇਹ ਕਹਿੰਦੇ ਹਾਂ ਬਈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਬੱਚਿਆਂ ਦੇ ਖੰਨਾ ਤੋਂ ਸੰਜੇ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI